ਜੈ ਹਿੰਦ ਦੋਸਤੋ, ਮੈਂ ਤੁਹਾਡਾ ਆਪਣਾ ਸੰਜੀਵ ਬਾਵਾ DPC ਪੰਜਾਬੀ 'ਤੇ। ਅੱਜ ਅਸੀਂ ਜਿਹੜੀ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ, ਉਹ ਸ਼ਖਸੀਅਤ ਜਿਹੜੀ ਹੈ ਸਮਾਜ ਸੇਵਾ ਲਈ ਬਹੁਤ ਕੁਛ ਕਰ ਰਹੀ ਹੈ ਔਰ ਬਹੁਤ ਕੁਛ ਕਰਦੀ ਵੀ ਪਈ ਹੈ। ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਸ਼ਿਵ ਸੈਨਾ ਪ੍ਰਧਾਨ ਸੋਨੀ ਜੀ ਨਾਲ, ਅਤੇ ਗੱਲਬਾਤ ਕਰਦੇ ਹਾਂ ਸੋਨੀ ਪ੍ਰਧਾਨ ਜੀ ਨਾਲ। ਜੈ ਹਿੰਦ ਸਰ। ਜੈ ਹਿੰਦ ਸਰ। ਸਭ ਤੋਂ ਬਹੁਤ ਸਾਰੇ ਮੁੱਦੇ ਨੇ, ਪਰ ਆਪਾਂ ਸਭ ਤੋਂ ਪਹਿਲਾਂ ਮੁੱਦਾ ਸਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਇਹ ਹੈ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਦਿਨੋ ਦਿਨ ਖਰਾਬ ਹੋ ਰਿਹਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਪਹਿਲਾਂ ਵੀ ਕਿਹਾ ਸੀਗਾ ਇਸ ਚੀਜ਼ ਨੂੰ ਕਿ ਸਾਡੇ ਪੰਜਾਬ ਦਾ ਮਾਹੌਲ ਜੋ ਹੈ ਉਹ ਕਾਫੀ ਵੱਧ ਤੋਂ ਬਦਤਰ ਹੋ ਰਿਹਾ ਹੈ ਡੇ ਬਾਈ ਡੇ, ਕਿਉਂਕਿ ਕੋਈ ਵੀ ਐਸਾ ਦਿਨ ਨਹੀਂ ਨਿਕਲਦਾ ਪਿਆ ਜਦੋਂ ਤੁਹਾਨੂੰ ਇੱਕ ਕਿਤੇ ਨਾ ਕਿਤੇ ਗੋਲੀ ਚੱਲਣ ਦੀ ਤੁਹਾਨੂੰ ਸੂਚਨਾ ਨਹੀਂ ਮਿਲਦੀ, ਕਿਤੇ ਹੱਤਿਆ ਹੋਣ ਦੀ ਸੂਚਨਾ ਨਹੀਂ ਮਿਲਦੀ। ਅੱਜ ਬਟਾਲੇ ਦੇ ਵਿੱਚ, ਯੈਸ, ਉੱਥੇ ਬਟਾਲੇ ਦੇ ਵਿੱਚ ਇੱਕ ਛੋਟੀ ਜਿਹੀ ਉਮਰ ਦੇ ਮੁੰਡੇ ਨੂੰ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਹੈ। ਸੋ ਇਹ ਹਰ ਰੋਜ਼ ਦਾ ਕੰਮ ਹੋ ਗਿਆ, ਸਥਿਤੀ ਤਾਂ ਬਦਤਰ ਹੋ ਹੀ ਰਹੀ ਹੈ। ਲੇਕਿਨ ਇਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਕਈ ਹਾਲਾਤ ਨੇ ਜੋ ਪਹਿਲਾਂ ਸ਼ੁਰੂ ਤੋਂ ਰੋਕਣੇ ਚਾਹੀਦੇ ਸੀਗੇ, ਕਿਉਂਕਿ ਮੈਨੂੰ ਇੰਨਾ ਯਾਦ ਹੈ ਕਿ ਕਾਫੀ ਸਾਲ ਪਹਿਲਾਂ ਮੈਂ ਸਾਡੇ ਜਿਹੜੇ ਇੱਥੋਂ ਦੇ IG ਸਾਹਿਬ ਹੁੰਦੇ ਸੀਗੇ ਪਰਮਾਰ ਸਰ, ਮੇਰੀ ਉਹਨਾਂ ਨਾਲ ਕੋਈ ਡਿਸਕਸ਼ਨ ਹੋਈ ਸੀਗੀ ਕਿ ਸਰ ਸਾਡੇ ਮੁੰਡੇ ਨੂੰ ਪੁਰਾਣਾ ਸ਼ਾਲਾ ਚੌਂਕ ਦੇ ਵਿੱਚ ਸਰੇਆਮ ਦਿਨ ਦਿਹਾੜੇ ਗੋਲੀ ਮਾਰ ਕੇ ਮਾਰ ਦਿੱਤਾ ਹੈ, ਅਤੇ ਉਹਦੇ ਵਾਸਤੇ ਸਾਨੂੰ ਜੋ ਉਹਦੀ ਡਿਟੇਲ ਸਾਡੀ ਨਿਕਲੀ ਹੈ ਉਹ ਇਹ ਨਿਕਲੀ ਹੈ ਕਿ ਇਹਨਾਂ ਕੋਲ ਜਿਹੜੇ ਮੁੰਡੇ ਮਾਰਨ ਵਾਲੇ ਸੀ ਉਹਨਾਂ ਕੋਲ ਇਲੀਗਲ ਵੈਪਨ ਸੀ। ਔਰ ਬਿਲੀਵ ਕਰਨਾ ਕਿ ਅਸੀਂ ਉਸਦੀ ਸੂਚਨਾ ਪਹਿਲਾਂ ਹੀ ਦੇ ਦਿੱਤੀ ਸੀਗੀ ਕਿ ਇਹਨਾਂ ਕੋਲ ਇਲੀਗਲ ਵੈਪਨਸ ਹੈਗੇ ਨੇ। ਉਹਦੇ ਬਾਵਜੂਦ ਚਲੋ ਕੋਈ ਕਮੀਆਂ ਰਹਿ ਗਈਆਂ, ਉੱਥੇ ਸਾਡੇ ਉਹ ਡਿਪਟੀ ਸਾਹਿਬ ਸੀਗੇ ਉਹਨਾਂ ਨੇ ਸੀਰੀਅਸਲੀ ਨਹੀਂ ਲਿਆ, ਜਿਹਦੇ ਕਰਕੇ ਸਾਡਾ ਮੁੰਡਾ ਜਿਹੜਾ ਜਵਾਨ ਮੁੰਡਾ 22-23 ਸਾਲ ਦਾ ਮੁੰਡਾ ਸੀਗਾ ਜਿਹਨੂੰ ਸਰਿਆਮ ਹੀ ਪੁਰਾਣਾ ਸ਼ਾਲਾ ਚੌਂਕ 'ਚ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ, ਦੈਨ ਉਦੋਂ ਵੀ ਜੀ ਗੱਲ ਹੋਈ ਸੀ ਉਹਨਾਂ ਨਾਲ ਪਰਿਵਾਰ ਸਰ ਨਾਲ ਕਿ ਸਰ ਇੱਥੇ ਜਿਹੜੇ ਇਲੀਗਲ ਵੈਪਨ ਜਿਹੜੇ ਆ ਬਹੁਤ ਵੱਡੀ ਵੱਡੀ ਤਾਦਾਦ ਦੇ ਵਿੱਚ ਜੋ ਆ ਚੁੱਕੇ ਨੇ ਪੰਜਾਬ ਦੇ ਵਿੱਚ ਬਾਰਡਰ ਸਾਈਡ ਤੋਂ ਆ ਸਕਦੇ ਨੇ ਜਾਂ ਉੱਤਰ ਪ੍ਰਦੇਸ਼ ਸਾਈਡ ਤੋਂ ਆ ਸਕਦੇ ਨੇ, ਹੈ ਨਾ, ਸਾਈਡਾਂ ਤੋਂ ਉੱਥੋਂ ਆ ਕੇ ਤਾਂ ਬਹੁਤ ਜ਼ਿਆਦਾ, ਇਹਨੂੰ ਹੁਣੇ ਰੋਕ ਲੈਣਾ ਚਾਹੀਦਾ। ਔਰ ਹੋ ਸਕਦਾ ਕਿ ਕੁਛ ਹਾਲਾਤ ਇਹੋ ਜਿਹੇ ਹੋਣ ਪੁਲਿਸ ਕੋਲ ਇਹੋ ਜਿਹੇ ਰਿਸੋਰਸਿਸ ਨਹੀਂ ਹੋਣ ਕਿ ਉਹ ਨਹੀਂ ਰੋਕ ਪਾਏ। ਅੱਜ ਉਹ ਸਥਿਤੀ ਇਹ ਹੋ ਗਈ ਕਿ ਬੱਚੇ ਕੋਲ ਜਿਹੜੇ ਇਲੀਗਲ ਵੈਪਨ, ਉਹਦਾ ਰਿਜ਼ਲਟ ਇਹ ਨਿਕਲ ਰਿਹਾ ਕਿ ਹਰ ਦੂਸਰੇ ਦਿਨ ਜਿਹੜੀ ਹੈ ਉਹ ਗੋਲੀ ਚੱਲ ਰਹੀ ਹੈ। ਔਰ ਉਹ ਟੇਸ ਵੀ ਹੋ ਤਾਂ ਨਹੀਂ ਪਾਉਂਦੇ ਪਏ ਕਿਉਂਕਿ ਕਿਤੇ ਵੈਪਨ ਇਲੀਗਲ ਹੁੰਦੇ ਆ, ਇੱਕ ਜਿਹੜੇ ਉਹ ਮੁੰਡੇ ਜਿਹੜੇ ਨਵੇਂ ਨਵੇਂ ਜਿਹੜੇ ਛੋਕਰਵਾਦ ਦਾ ਜਿਹੜਾ ਸ਼ੁਰੂ ਹੋਇਆ ਵਾ, ਜਿਹੜਾ ਉਹ ਗੈਂਗਸਟਰਾਂ ਵਾਲੇ ਗਾਣੇ ਸੁਣ ਕੇ ਗੈਂਗਸਟਰਾਂ ਵਾਲੀਆਂ ਫਿਲਮਾਂ ਦੇਖ ਕੇ ਉਹ ਇੰਸਪਾਇਰ ਹੋਏ ਪਏ ਨੇ, ਆਪਣੇ ਆਪ ਨੂੰ ਉਹ ਗੈਂਗਸਟਰ ਹੀ ਮੰਨ ਕੇ ਚੱਲਦੇ ਨੇ, ਅਤੇ ਉਹ ਬਸ ਆਪਣੀ ਵਾਹਵਾਹੀ ਦੀ ਖਾਤਰ ਜੋ ਹੈ ਸਭ ਕੁਝ ਚਲਾ ਰਹੇ ਨੇ। ਇਸ ਤੋਂ ਇਲਾਵਾ ਜਿਹੜਾ ਸਭ ਤੋਂ ਵੱਡਾ ਜਿਹੜਾ ਕੰਮ ਹੋ ਰਿਹਾ ਇਸ ਟਾਈਮ ਉਹ ਹੈਗਾ ਆਤੰਕੀ ਸੰਗਠਨਾਂ ਵੱਲੋਂ ਜੋ ਬਾਹਰ ਬੈਠ ਕੇ ਓਪਰੇਟ ਕਰ ਰਹੇ ਨੇ, ਪੰਨੂ ਵਰਗੇ ਜਾਂ ਬੱਬਰ ਖਾਲਸਾ ਵਰਗੇ ਇੰਟਰਨੈਸ਼ਨਲ ਕੋਈ ਹੈਗੇ ਨੇ, ਕਾਫੀ ਸੰਗਠਨ ਹੈਗੇ ਨੇ, ਖਾਲਿਸਤਾਨ ਲਿਬਰੇਸ਼ਨ ਫੋਰਸ ਹੈ ਔਰ ਲੰਡਾ ਵਰਗੇ ਹੈਗੇ ਨੇ, ਰਿੰਦਾ ਵਰਗੇ ਹੈਗੇ ਨੇ। ਤਾਂ ਸੋ ਇਹੋ ਜਿਹੇ ਕਾਫੀ ਜਿਹੜੇ ਗੈਂਗਸਟਰ ਔਰ ਜਿਹੜੇ ਆਤੰਕਵਾਦੀਆਂ ਦਾ ਜੋ ਇਹ ਜਿਹੜੀ ਕੋਲੈਬਰੇਸ਼ਨ ਹੋਈ ਹੈ ਇਹਨਾਂ ਦੀ, ਇਹ ਜਿਹੜੀ ਸਾਡੇ ਪੰਜਾਬ ਦੇ ਵਿੱਚ ਜੋ ਖਤਰਨਾਕ ਸਥਿਤੀ ਪੈਦਾ ਕਰ ਰਹੀ ਹੈ ਉਹਦੇ ਰਿਜ਼ਲਟ ਆਉਣ ਵਾਲੇ ਦਿਨਾਂ 'ਚ ਤਾਂ ਬਹੁਤ ਮਾੜੇ ਹੋਣਗੇ, ਲੇਕਿਨ ਅਗਰ ਅਸੀਂ ਚਾਹੀਏ ਤਾਂ ਇਸ ਚੀਜ਼ ਨੂੰ ਰੋਕ ਸਕਦੇ ਹਾਂ। ਸਰ ਗੱਲ ਕਰੀਏ ਤਾਂ ਕੁਛ ਦਿਨਾਂ ਪਹਿਲਾਂ ਗੁਰਦਾਸਪੁਰ ਸ਼ਹਿਰ ਦੇ ਜਿਹੜੇ ਰਾਜ ਬੁੱਕ ਸਟੋਰ ਵਾਲੇ ਉਹਨਾਂ ਘਰ ਵੀ ਗੋਲੀਆਂ ਚੱਲੀਆਂ, ਬਟਾਲੇ ਵਿੱਚ ਜਿਹੜਾ ਗੈਸ ਏਜੰਸੀ ਵਾਲੇ ਉਹਨਾਂ ਦੇ ਘਰ ਵੀ ਗੋਲੀਆਂ ਚੱਲੀਆਂ, ਦਿਨੋਂ ਦਿਨ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ। ਕੀ ਲੱਗਦਾ ਕਿ ਲੋਕ ਜਿਹੜੇ ਆ ਪੰਜਾਬ ਪੁਲਿਸ ਤੋਂ ਜਿਹੜੇ ਡਰ ਰਹੇ ਨੇ, ਡਰ ਖਤਮ ਹੋ ਗਿਆ ਉਹਨਾਂ ਦੇ ਵਿੱਚ? ਨਹੀਂ, ਦੇਖੋ ਉਹ ਗੋਲੀਆਂ ਚੱਲੀਆਂ ਉੱਥੇ ਸਰੇਆਮ ਚੱਲੀਆਂ, ਦੇਖੋ CCTV ਫੁਟੇਜ ਵੀ ਆਏ ਨੇ ਉੱਥੇ, ਉਹਦੇ ਵਿੱਚ ਉਹਨਾਂ ਨੇ ਐਡਮਿਟ ਵੀ ਕਰ ਲਿਆ ਜਿਹਨਾਂ ਨੇ ਗੋਲੀਆਂ ਚਲਾਈਆਂ, ਉਹਨਾਂ ਨੇ ਐਡਮਿਟ ਵੀ ਕਰਤਾ, ਉਹਨਾਂ ਦੀ ਪਰਸਨਲ ਦੁਸ਼ਮਣੀ ਸੀਗੀ ਜਿਸ ਕਰਕੇ ਉਹ ਗੋਲੀਆਂ ਚੱਲੀਆਂ ਵਾ, ਠੀਕ ਹੈ ਨਾ, ਉਹ ਤਾਂ ਇੱਕ ਹੋ ਗਿਆ ਅਨਦਰ ਫੈਕਟਰ। ਬਟ ਇੱਕ ਜਿਹੜਾ ਆਤੰਕਵਾਦ ਫੈਕਟਰ ਜਿਹੜਾ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 2015 ਦੇ ਵਿੱਚ ਮੈਨੂੰ ਪੰਜਾਬ ਦੇ ਵਿੱਚ ਜਿਹੜੀ ਸੈਕਿੰਡ ਜਿਹੜੀ ਘਟਨਾ, ਮਤਲਬ ਕਿ ਜਿਹੜਾ ਆਤੰਕਵਾਦ ਤੋਂ ਬਾਅਦ
ਜੋ ਮੇਨ ਜਿਹੜੀ ਘਟਨਾ ਹੋਈ ਸੀ ਉਹ ਮੈਨੂੰ ਗੋਲੀ ਮਾਰੀ ਗਈ ਸੀ ਸਰੇਆਮ ਦਿਨ ਦੁਪਹਿਰੇ। ਔਰ ਵਿਡੰਬਨਾ ਇਹ ਰਹੀ ਕਿ ਉਸ ਵੇਲੇ ਹਿੰਦੂ ਨੇਤਾ ਹੋਣ ਕੇ, ਕਿਉਂਕਿ ਹਿੰਦੂਆਂ ਨੂੰ ਤਾਂ ਪੰਜਾਬ ਦੇ ਵਿੱਚ ਜੋ ਹਾਲਾਤ ਆ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨਾਲ ਸੀਰੀਅਸਲੀ ਮੰਨਿਆ ਨਹੀਂ ਜਾਂਦਾ, ਠੀਕ ਹੈ, ਇਹਨਾਂ ਨੂੰ ਉਹਨਾਂ ਸਿਰਫ ਇੱਕ ਵੋਟ ਬੈਂਕ ਦਾ ਜ਼ਰੀਆ ਹੀ ਮੰਨਿਆ ਜਾਂਦਾ। ਅਤੇ ਉਹ ਜਦੋਂ ਮੇਰੇ ਗੋਲੀ ਲੱਗ ਗਈ ਦਿਨੇ ਦੁਪਹਿਰੇ, ਅਤੇ ਜਿਹੜਾ ਮੈਨੂੰ ਗੋਲੀ ਮਾਰਨ ਵਾਲਾ ਸੀਗਾ ਆਤੰਕਵਾਦੀ ਕਸ਼ਮੀਰਾ ਸਿੰਘ, ਉਹਨੂੰ ਇਹਨਾਂ ਨੇ ਕਹਿ ਦਿੱਤਾ ਕਿ ਉਹ ਇੱਕ ਪਾਠੀ ਹੈ, ਉਹਦੀ ਪਰਸਨਲ ਫੀਲਿੰਗ ਹਰਟ ਹੋਈਆਂ, ਇਹ ਸੋਨੀ ਜਿਹੜਾ ਵੈ ਉਹ ਖਾਲਿਸਤਾਨ ਦੇ ਖਿਲਾਫ਼ ਬੋਲਦਾ ਸੀਗਾ, ਜਿਸ ਕਰਕੇ ਉਹਦੀ ਫੀਲਿੰਗ ਹਰਟ ਹੋਣ ਕਰਕੇ ਉਹਨੇ ਪਰਸਨਲੀ ਮਾਰਿਆ, ਨਾ ਕਿ ਕਿਸੇ ਉਹ ਆਤੰਕਵਾਦੀ ਸੰਗਠਨ ਨਾਲ ਉਹਦਾ ਕੋਈ ਕੋਲੈਬੋਰੇਸ਼ਨ ਸੀਗੀ। ਬਟ 2016 ਵਿੱਚ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਜਿਹੜਾ ਹਰਮਿੰਦਰ ਮਿੰਟੂ, ਔਰ ਬੜਾ ਹੀ ਵਿਖਿਆਤ ਜਿਹੜਾ ਸੀਗਾ ਗੈਂਗਸਟਰ ਵਿੱਕੀ ਗੌਂਡਰ, ਉਹਦੇ ਨਾਲ ਜੇਲ੍ਹ 'ਚੋਂ ਦੌੜ ਗਿਆ 2016 ਦੇ ਵਿੱਚ। ਔਰ ਬਿਲੀਵ ਕਰੋ ਕਿ ਇਸੇ ਪੰਜਾਬ ਪੁਲਿਸ ਨੇ ਵਾਰੋ ਵਾਰੀ, ਕੁਛ ਦਿੱਲੀ ਪੁਲਿਸ ਨੇ ਔਰ ਕੁਛ ਪੰਜਾਬ ਪੁਲਿਸ ਨੇ ਮਿਲ ਜੁਲ ਕੇ ਸਾਰੇ ਗੈਂਗਸਟਰ ਔਰ ਆਤੰਕਵਾਦੀਆਂ ਨੂੰ ਫੜ ਕੇ ਕੁਛ ਨੂੰ ਮਾਰ ਦਿੱਤਾ, ਕੁਛ ਨੂੰ ਫੜ ਲਿਆ। ਲੇਕਿਨ ਕਸ਼ਮੀਰਾ ਸਿੰਘ ਜਿਹਨੂੰ ਇੱਕ ਇਨੋਸੈਂਟ ਕਹਿੰਦੇ ਸੀ, ਜਿਹਨੂੰ ਕਹਿੰਦੇ ਸੀਗੇ ਕਿ ਬੜਾ ਭੋਲਾ ਭਾਲਾ ਵਿਅਕਤੀ ਹੈ, ਜਿਹਦੀ ਫੀਲਿੰਗ ਪਰਸਨਲ ਹਰਟ ਹੋਇਆ ਸੀ, ਉਹ ਇੰਨਾ ਕੁ ਸ਼ਾਤਿਰ ਨਿਕਲਿਆ ਹੋਇਆ ਕਿ ਅੱਜ ਤੱਕ ਪੁਲਿਸ ਦੇ 8-9 ਸਾਲ ਬਾਅਦ ਵੀ ਪੁਲਿਸ ਦੇ ਹੱਥ ਨਹੀਂ ਆਇਆ, ਠੀਕ ਹੈ। ਇਹ ਇਹ ਪੁਲਿਸ ਦੇ ਐਟੀਟਿਊਡ ਦੀ ਗੱਲ ਹੈ ਕਿ ਪੰਜਾਬ ਪੁਲਿਸ ਨੂੰ ਜਿਹੜੀ ਹੈ ਉਹ ਸਿੱਖ ਹਿੰਦੂਆਂ ਨੂੰ ਜੋ ਹੈ ਸੀਰੀਅਸਲੀ ਨਹੀਂ ਲੈਂਦੀ, ਉਹ ਸਥਿਤੀ ਅੱਜ ਵੀ ਕਾਇਮ ਹੈ। ਮੈਂ ਇੰਨਾ ਕਹਿ ਸਕਦਾ ਕਿ ਸਥਿਤੀ ਇਹ ਹੋ ਗਈ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਪਿਛਲੇ ਦਿਨੀ ਜੋ ਮੈਂ ਇੱਕ ਬੜੀ ਗੱਲ ਵੱਡੀ ਕਹਿੰਦਾ ਹੁੰਦਾ ਸੀਗਾ ਕਿ ਕੁਛ ਜਿਹੜੇ ਲੋਕ ਨੇ ਉਹ ਖਾਲਿਸਤਾਨ ਤੋਂ ਇੰਸਪਾਇਰਡ ਨੇ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਆ ਚੁੱਕੇ ਆ। ਦੇਖੋ ਪੰਜਾਬ ਪੁਲਿਸ ਦੇ ਵਿੱਚ ਜੋ ਪਹਿਲਾਂ ਸੀਗੇ ਕਹਿ ਸਕਦੇ ਆਫਿਸਰਸ, ਉਹ ਬੜੇ ਇੱਕ ਤਰ੍ਹਾਂ ਦੇ ਡਿਵੋਟੀ ਸੀਗੇ ਆਪਣੇ ਦੇਸ਼ ਦੇ ਪ੍ਰਤੀ, ਆਪਣੇ ਸਮਾਜ ਦੇ ਪ੍ਰਤੀ, ਆਪਣੇ ਪੰਜਾਬ ਦੇ ਪ੍ਰਤੀ। ਕਿਉਂ? ਕਾਰਨ ਕੀ ਸੀਗਾ? ਜਿਹੜਾ ਆਤੰਕਵਾਦ ਦਾ ਕਾਲਾ ਦੌਰ ਸੀਗਾ ਜਿਹਦੇ ਵਿੱਚ ਬਹੁਤ ਜ਼ਿਆਦਾ ਤਸ਼ੱਦਦ ਹੋਏ ਸੀ ਹਿੰਦੂਆਂ ਨਾਲ ਵੀ, ਔਰ ਉਸ ਤੋਂ ਬਾਅਦ ਖਾਲੜਾ ਜੀ ਦੀ ਇੱਕ ਰਿਪੋਰਟ ਆਈ ਸੀਗੀ ਜਿਹਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਕਿਹਾ ਕਿ ਇਹ 25,000 ਜਿਹੜੇ ਆ ਉਹ ਸਿੱਖ ਜਿਹੜੇ ਨੌਜਵਾਨ ਆ ਉਹ ਪੁਲਿਸ ਨੇ ਮਾਰ ਦਿੱਤੇ ਸੀਗੇ, ਜਿਹੜੀ ਉਹਨਾਂ ਨੇ ਲਾਸ਼ਾਂ ਕਹਿੰਦੇ ਜੀ ਉਹਦੀ ਸ਼ਨਾਖਤ ਕੀਤੀ ਹੈ ਜਾਂ ਸਮਥਿੰਗ, ਜੋ ਵੀ ਮੈਨੂੰ ਰਿਪੋਰਟ ਐਗਜੈਕਟਲੀ ਪਤਾ ਨਹੀਂ ਹੈ। ਲੇਕਿਨ ਉਹਨਾਂ ਨੇ ਨਾਲ ਹੀ ਉਹਨਾਂ ਦੇ ਕੋਈ ਸਾਥੀ ਸੀਗੇ ਪੁਰਾਣੇ ਹੀ, ਉਹਨਾਂ ਨੇ ਇੱਕ ਗੱਲ ਕਹੀ ਕਿ ਬੇਸ਼ੱਕ ਉਸ ਵੇਲੇ 25,000 ਜਿਹੜੇ ਆ ਉਹ ਸਿੱਖਾਂ ਨੂੰ ਮਾਰਿਆ ਗਿਆ, ਜਾਂ ਸਿੱਖਾਂ ਨੂੰ ਨਹੀਂ ਕਹਿ ਸਕਦੇ ਅਸੀਂ ਕਿ ਜਿਹੜੇ ਡਾਊਟਫੁੱਲ ਸੀਗੇ ਜਿਹਨਾਂ ਨੂੰ, ਉਹਨਾਂ ਨੂੰ ਮਾਰਿਆ ਗਿਆ। ਲੇਕਿਨ ਉਸ ਵੇਲੇ ਜਿਹੜੇ ਇਨੋਸੈਂਟ ਹਿੰਦੂ ਸੀਗੇ ਉਹ 1,00,000 ਤੋਂ ਵੱਧ ਮਾਰੇ ਗਏ। ਅਸੀਂ ਹੁਣ ਤੱਕ ਇਹ ਸੋਚਦੇ ਸੀਗੇ ਕਿ 35,000 ਹਿੰਦੂਆਂ ਨੂੰ ਮਾਰਿਆ ਸੀਗਾ, ਲੇਕਿਨ 1,00,000 ਤੋਂ ਵੱਧ ਉਹਨਾਂ ਨੇ ਇਸ ਚੀਜ਼ ਦੇ ਦਾਅਵੇ ਨਾਲ ਕਿਹਾ ਵਾ 1,00,000 ਤੋਂ ਵੱਧ ਜਿਹੜੇ ਹਿੰਦੂਆਂ ਨੂੰ ਉਸ ਵੇਲੇ ਮਾਰਿਆ ਗਿਆ ਸੀ। ਉਸ ਆਤੰਕਵਾਦ ਦੇ ਦੌਰ ਨੂੰ ਕਿਹਨੇ ਖਤਮ ਕੀਤਾ ਸੀਗਾ? ਸਾਡੀ ਪੰਜਾਬ ਪੁਲਿਸ ਨੇ, ਕਿਉਂਕਿ ਉਹ ਡਿਵੋਟੀ ਸੀ ਉਸ ਵੇਲੇ। ਉਸ ਵੇਲੇ ਲੱਗਦਾ ਸੀਗਾ ਕਿ ਸਾਡੇ ਜਿਹੜੇ ਪੰਜਾਬ ਦੇ ਵਿੱਚ ਹੋਇਆ ਆਤੰਕਵਾਦ ਅਗਰ ਖਤਮ ਨਹੀਂ ਹੋਇਆ ਤਾਂ ਸਾਡੇ ਪੰਜਾਬ ਦਾ ਨਾਮੋ ਨਿਸ਼ਾਨ ਪੂਰੇ ਨਕਸ਼ੇ ਵਿੱਚੋਂ, ਦੁਨੀਆਂ ਦੇ ਨਕਸ਼ੇ ਵਿੱਚੋਂ ਖਤਮ ਹੋ ਜਾਏਗਾ। ਲੇਕਿਨ ਬੜੇ ਡਿਵੋਸ਼ਨ ਦੇ ਨਾਲ ਪੰਜਾਬ ਪੁਲਿਸ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਕਰਕੇ ਉਹਨਾਂ ਨੇ ਖਤਮ ਕੀਤਾ ਸੀ। ਲੇਕਿਨ ਅੱਜ ਸਥਿਤੀ ਹੋ ਗਈ ਕਿ ਇਹਦੇ ਵਿੱਚ ਵੀ ਥੋੜ੍ਹੀ ਜਿਹੀ ਨਾ ਉਹ ਲੱਗਣੀ ਸ਼ੁਰੂ ਹੋ ਗਈ ਹੈ, ਕੀ ਕਹਿੰਦੇ, ਦੀਮਕ ਲੱਗਣੀ ਸ਼ੁਰੂ ਹੋ ਗਈ ਹੈ। ਔਰ ਕੁਛ ਖਾਲਿਸਤਾਨੀ ਸਪੋਰਟਰਸ ਜਿਹੜੇ ਆ ਉਹ ਆ ਚੁੱਕੇ ਨੇ। ਉਹਦੀ ਐਗਜ਼ਾਮਪਲ ਮੈਂ ਤੁਹਾਨੂੰ ਮੈਂ ਇਹ ਦੱਸ ਸਕਦਾ ਕਿ ਮੈਂ ਕਾਫੀ ਦੇਰ ਤੋਂ ਜਿਹੜੇ ਮੇਰੇ ਨਾਲ ਸੁਰੱਖਿਆ ਕਰਮੀ ਨਿਯੁਕਤ ਕੀਤੇ ਜਾਂਦੇ ਸੀਗੇ ਉਹਨਾਂ ਦੇ ਵਿੱਚੋਂ ਕਾਫੀ ਜਿਹੜੇ ਆਪਣੇ ਆਪ ਨੂੰ ਆਪਣੇ ਮੰਨਦੇ ਨਹੀਂ ਸੀਗੇ, ਲੇਕਿਨ ਉਹ ਖਾਲਿਸਤਾਨੀ ਸੀ। ਉਹ ਕਿੱਦਾਂ ਟ੍ਰੇਸ ਹੁੰਦੇ ਸੀਗੇ ਕਿ ਉਹਨਾਂ ਦੇ ਜਦੋਂ ਗੱਡੀਆਂ ਕਿਤੇ ਲੈ ਕੇ ਆਉਂਦੇ ਸੀ ਉਹ ਗੱਡੀਆਂ ਦੇ ਪਿੱਛੇ ਭਿੰਡਰਾਂਵਾਲੇ ਦੀ ਫੋਟੋਆਂ ਲੱਗੀਆਂ ਹੁੰਦੀਆਂ ਸੀਗੀਆਂ, ਉਹਨਾਂ ਦੇ ਮੋਬਾਈਲਾਂ ਦੇ ਵਾਲਪੇਪਰ ਜਿਹੜੇ ਸੀ ਉਹ ਭਿੰਡਰਾਂਵਾਲੇ ਨਾਲ ਭਰੇ ਹੁੰਦੇ ਸੀਗੇ। ਤਾਂ ਸੋ ਉਹ ਕਿਤੇ ਨਾ ਕਿਤੇ ਉਹਨਾਂ ਤੋਂ ਜਿਹੜੇ ਆ ਨਾ ਇੰਸਪਾਇਰਡ ਸੀਗੇ। ਅਤੇ ਇਹ ਜਦੋਂ ਅਸੀਂ ਇਹਦੀ ਸ਼ਿਕਾਇਤਾਂ ਕਰਦੇ ਰਹੇ ਹਾਂ ਅਤੇ ਪੰਜਾਬ ਪੁਲਿਸ ਉਸ ਚੀਜ਼ ਨੂੰ ਸੀਰੀਅਸਲੀ ਲੈਂਦੀ ਨਹੀਂ ਰਹੀ, ਜਿਹਦੀ ਸਥਿਤੀ ਅਜਿਹਾ ਹੋਇਆ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਕਾਫੀ ਜਿਹੜੇ ਆ ਇਹੋ ਜਿਹੇ ਘੁਸਪੈਠੀ ਆ ਚੁੱਕੇ ਨੇ। ਔਰ ਪਿਛਲੇ ਦਿਨ ਤਾਂ ਹੱਦ ਹੀ ਹੋ ਗਈ ਕਿ DIG ਸਾਹਿਬ ਨੂੰ ਕੁਝ ਇਨਪੁੱਟ ਮਿਲਿਆ ਹੋਣਾ ਕਿ ਮੇਰੇ 'ਤੇ ਅਟੈਕ ਹੋ ਸਕਦਾ,
ਤੇ ਉਹ ਘਰ ਆਏ ਸੀਗੇ ਬਕਾਇਦਾ, ਉਹਨਾਂ ਨੇ ਆ ਕੇ ਪੂਰੀ ਸਿਕਿਉਰਿਟੀ ਚੈੱਕ ਕੀਤੀ ਬਕਾਇਦਾ, ਬੜੇ ਅੱਛੇ ਮਾਹੌਲ ਦੇ ਵਿੱਚ ਉਹਨਾਂ ਨੇ ਮੈਨੂੰ ਵੀ ਦੱਸਿਆ ਸਿਕਿਉਰਿਟੀ ਵੱਲੋਂ ਕਿ ਕਿੱਸਾ ਕਰਨੀ ਹੈ, ਗਨਮੈਨਾਂ ਨੂੰ ਵੀ ਸਮਝਾਇਆ ਸਾਰਾ ਕੁਛ, ਆਸ ਪਾਸ ਦਾ ਮਾਹੌਲ ਵੀ ਦੇਖਿਆ ਉਹਨਾਂ ਨੇ, ਬੜੀ ਉਹਨਾਂ ਨੇ ਬਰੀਫਿੰਗ ਨਾਲ ਉਹਨਾਂ ਨੇ ਇਸ ਚੀਜ਼ ਨੂੰ ਸਾਰਿਆਂ ਨੂੰ ਦੱਸਿਆ ਕਿ ਬਈ ਕਿੱਸਾ ਚੱਲਣਾ। ਬਟ ਉਹਨਾਂ ਨੇ ਗੱਲਬਾਤ ਕਰਦੇ ਦੌਰਾਨ ਹੀ ਇੱਕ ਤਰਨ ਤਾਰਨ ਦਾ ਸੀਗਾ ਸਤਨਾਮ ਸਿੰਘ ਦਾ ਨਾਮ ਦਾ ਸੁਰੱਖਿਆ ਕਰਮੀ, ਜਿਹਨੇ ਸਰਿਆਂ ਵੀ ਕਹਿ ਦਿੱਤਾ ਕਿ ਜਦੋਂ ਸੋਨੀ ਖਾਲਿਸਤਾਨ ਦੇ ਖਿਲਾਫ਼ ਬੋਲਦਾ ਤਾਂ ਸਾਡੀ ਫੀਲਿੰਗਸ ਹਰਟ ਹੁੰਦੀਆਂ। ਖੁਦ ਸੋਚੋ ਕਿ ਅਗਰ ਉਹ ਖਾਲਿਸਤਾਨ ਦੇ ਸਪੋਰਟਰ ਜਿਹੜਾ ਮੇਰੇ ਨਾਲ ਬਤੌਰ ਇੱਕ ਹਿੰਦੂ ਨੇਤਾ ਹੋਣ ਦੇ ਕਰਕੇ ਮੇਰੇ ਨਾਲ ਹੀ ਡਿਪਿਊਟ ਕੀਤਾ ਗਿਆ, ਔਰ ਉਹਦੇ ਮਨ 'ਚ ਕੀ ਹੋਏਗਾ ਕਦੋਂ, ਜੇ ਮੰਨ ਲਓ ਕਿ ਮੈਨੂੰ ਚਲਦੇ ਚਲਦੇ ਕਿਤੇ ਗੋਲੀ ਮਾਰ ਦਿੰਦੇ ਤਾਂ ਸਿਰਫ ਹੱਸ ਕੇ ਦਿਖਾ ਦਿੱਤਾ ਜਾਣਾ ਸੀਗਾ ਕਿ ਗੋਲੀ ਬਾਏ ਚਾਂਸ ਚੱਲ ਗਈ ਹੈ। ਔਰ ਜਿਸਾ ਪਿਛਲੀ ਵਾਰੀ ਇਹਨਾਂ ਨੇ ਕਹਿ ਦਿੱਤਾ ਸੀਗਾ ਕਿ ਬਈ ਉਹ ਇਨੋਸੈਂਟ ਸੀਗਾ ਜਿਹੜਾ ਬੰਦਾ ਮੇਰਾ, ਤਾਂ ਸੋ ਉਹਨੂੰ ਟੱਕਿਆ ਜਾਣਾ ਸੀਗਾ, ਠੀਕ ਹੈ, ਬਟ ਉਹਦੇ ਵਿੱਚ ਮੇਰਾ ਤਾਂ ਨੁਕਸਾਨ ਹੋ ਜਾਣਾ ਸੀ ਨਾ। ਇੱਕ ਦੇਖਿਆ ਜਾਏ ਤਾਂ ਮੈਂ ਇੱਕ ਸਮਾਜ ਸੇਵਕ ਹਾਂ, ਮੈਂ ਲੋਕਾਂ ਦੀ ਸੇਵਾ ਕਰਦਾ, ਮੈਂ ਕੁਛ ਅੱਛੇ ਕੰਮ ਕਰਦਾ, ਫਿਰ ਸਮਾਜ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣ ਵਾਸਤੇ ਜੋ ਮੇਰਾ ਯੋਗਦਾਨ ਹੁੰਦਾ ਉਹ ਮੈਂ ਕਰਨ ਦੀ ਕੋਸ਼ਿਸ਼ ਕਰਦਾ, ਅਤੇ ਸਮਾਜ ਦਾ ਵੀ ਉਸ ਚੀਜ਼ ਨੂੰ ਘਾਟਾ ਸੀ ਅਤੇ ਮੇਰੇ ਪਰਿਵਾਰ ਨੂੰ ਵੀ ਉਸ ਚੀਜ਼ ਦਾ ਘਾਟਾ ਸੀਗਾ। ਲੇਕਿਨ ਉਹ ਜਿਹੜਾ ਵਿਅਕਤੀ ਜਿਹੜਾ ਮੇਰੇ ਨਾਲ ਡਿਪਿਊਟ ਕਰਕੇ, ਇੱਕ ਤਰ੍ਹਾਂ ਦੀ ਇੱਕ ਬਹੁਤ ਵੱਡੀ ਨਲਾਇਕੀ ਹੋਈ ਹੈ। ਔਰ ਨਲਾਇਕੀ ਕਿਹੜਾ ਵੱਲੋਂ ਹੁੰਦੀ ਹੈ, ਔਫਿਸਰ ਜਿਹੜੇ ਪਹਿਲਾਂ ਹੁੰਦੇ ਸੀਗੇ ਬੜੇ ਅੱਛੇ, ਇੱਥੇ ਸਾਡੇ ਔਫਿਸਰ ਆਉਂਦੇ ਸੀਗੇ, ਸਾਡੇ ਪਰਮਾਰ ਆਈ ਜੀ ਸਾਹਿਬ ਪਰਮਾਰ ਸਰ ਸੀਗੇ, ਸਾਡੇ ਸਵਰਨਦੀਪ ਸਿੰਘ ਸਾਡੇ SSP ਬਹੁਤ ਹੀ ਅੱਛੇ ਇਨਸਾਨ ਸੀਗੇ, ਉਸ ਬਾਹਰ ਜੀ ਸਰ ਆਏ ਨੇ, ਉਹਨਾਂ ਨੇ ਬਕਾਇਦਾ ਸਾਡੇ ਬੇਸ਼ੱਕ ਜਿਹੜੇ ਪਿਛਲੇ ਆਏ ਸੀਗੇ, ਕੀ ਨਾਮ ਸੀ ਮੈਨੂੰ ਨਾਮ ਭੁੱਲ ਗਿਆ ਉਹਨਾਂ ਦਾ, ਉਹਨਾਂ ਨੇ ਟਨਿਓਰ ਦੇ ਦੌਰਾਨ ਮੈਨੂੰ ਜੇਲ੍ਹ 'ਚ ਵੀ ਭੇਜਿਆ ਗਿਆ, ਕਿਸੇ ਦਬਾਅ ਦੇ ਜਿਹੜੇ ਨਿਹੰਗਾਂ ਦੇ ਦਬਾਅ ਦੇ ਵਿੱਚ ਮੈਨੂੰ ਭੇਜਿਆ ਵੀ ਗਿਆ, ਲੇਕਿਨ ਫਿਰ ਵੀ ਮੈਂ ਉਹਨਾਂ ਦਾ ਫੈਨ ਹਾਂ। ਹਿਲੋਰੀ ਸਰ, ਮੈਂ ਫਿਰ ਵੀ ਉਹਨਾਂ ਦਾ ਫੈਨ ਕਿਉਂ ਹਾਂ, ਕਿਉਂਕਿ ਬਹੁਤ ਅੱਛੇ ਔਰ ਵਧੀਆ ਔਫਿਸਰ ਸੀਗੇ ਜਿਹੜੇ ਇੱਕ ਇਹ ਚੀਜ਼ ਦਾ ਖਿਆਲ ਰੱਖਦੇ ਸੀ। ਮੇਰੇ ਖਿਆਲ ਹਿਲੋਰੀ ਸਰ ਨੇ ਘੱਟੋ ਘੱਟ ਮੇਰੇ ਘਰ 4-5 ਵਾਰੀ ਚੱਕਰ ਲਗਾ ਕੇ ਉਹਨਾਂ ਨੇ ਆਸ ਪਾਸ ਦਾ ਮਾਹੌਲ ਦੇਖਿਆ ਉਹਨਾਂ ਨੇ, ਕਿਉਂਕਿ ਸੀਰੀਅਸਲੀ ਲੈਂਦੇ ਸੀਗੇ। ਦੈਟ ਮੀਨਸ ਕਿ ਅਸੀਂ ਤਾਂ ਉਹਨਾਂ ਦੇ ਇਸੇ ਕਰਕੇ ਉਹਨਾਂ ਦੇ ਅਸੀਂ ਫੈਨ ਹੈਗੇ ਹਾਂ ਕਿ ਉਹਨਾਂ ਨੇ ਸੀਰੀਅਸਲੀ ਸਮਝਿਆ। ਪਰ ਬਾਕੀ ਜਿਹੜੇ ਕਈ ਇਹੋ ਜਿਹੇ ਔਫਿਸਰਸ ਨੇ ਜਿਨ੍ਹਾਂ ਦੇ ਵਿੱਚ ਵੀ ਥੋੜ੍ਹਾ ਬਹੁਤ ਇਹੋ ਜਿਹੀ ਕਣ ਹੈਗੀ ਹੈ, ਉਹ ਜਿਹੜੇ ਇਹੋ ਜਿਹੇ ਲੋਕਾਂ ਨੂੰ ਸਪੋਰਟ ਕਰਦੇ ਨੇ, ਉਹਨਾਂ 'ਤੇ ਧਿਆਨ ਰੱਖਣ ਦੀ ਲੋੜ ਹੈ ਇਸ ਟਾਈਮ। ਅਗਰ ਆਉਣ ਵਾਲਾ ਸਮੇਂ ਅਸੀਂ ਸੁਧਾਰਨਾ, ਅਗਰ ਉਹਨੂੰ ਠੀਕ ਕਰਨਾ ਔਰ ਵਿਗੜਨ ਤੋਂ ਬਚਾਉਣਾ, ਤਾਂ ਸਾਨੂੰ ਅੱਜ ਹੀ ਉਸ ਤਰ੍ਹਾਂ ਜਿਸ ਤਰ੍ਹਾਂ, ਕਿਉਂਕਿ ਅਸੀਂ ਗਲਤੀ ਕੀਤੀ ਸੀ ਉਸ ਵੇਲੇ ਹਥਿਆਰਾਂ ਦੇ ਉੱਪਰ ਰੋਕ ਨਹੀਂ ਲਾ ਸਕੇ, ਹਥਿਆਰਾਂ ਨੂੰ ਅਸੀਂ ਟਰੇਸ ਨਹੀਂ ਕਰ ਸਕੇ, ਹਥਿਆਰਾਂ ਨੂੰ ਇੱਥੋਂ ਜਗ੍ਹਾ ਜਗ੍ਹਾ ਦੇ ਉੱਪਰ ਪਹੁੰਚਾਉਣ ਦਾ ਜਿਹੜਾ ਉਹਨਾਂ ਦਾ ਜ਼ਰੀਆ ਹੁੰਦਾ ਉਹਨੂੰ ਬ੍ਰੇਕ ਨਹੀਂ ਕਰ ਸਕੇ। ਲੇਕਿਨ ਅੱਜ ਅਸੀਂ ਰੋਕ ਸਕਦੇ ਹਾਂ, ਅੱਜ ਅਸੀਂ ਇਹ ਨੈਕਸਸ ਨੂੰ ਖਤਮ ਕਰ ਸਕਦੇ ਹਾਂ, ਔਰ ਇਹਦੀ ਸ਼ੁਰੂਆਤ ਸਾਨੂੰ ਕਰਨੀ ਪਏਗੀ ਪਹਿਲਾਂ ਆਪਣੇ ਆਪ ਨੂੰ ਸਟਰੋਂਗ ਕਰਕੇ ਔਰ ਇਮਾਨਦਾਰ ਪੁਲਿਸ ਕਰਕੇ। ਔਰ ਪਰ ਮੈਂ ਇਹਨਾਂ ਤੋਂ ਨਾਲ ਦੇ ਨਾਲ ਹੀ ਇਹਨਾਂ ਜ਼ਰੂਰ ਕਹਿਣਾ ਚਾਹੂੰਗਾ ਤੁਹਾਡੇ ਮਾਧਿਅਮ ਦੇ ਨਾਲ ਦੱਸ ਰਿਹਾ ਕਿ ਮੈਨੂੰ ਪੰਜਾਬ ਪੁਲਿਸ 'ਤੇ ਗਰਵ ਹੈ। ਉਹਦਾ ਕਾਰਨ ਕੀ ਹੈਗਾ ਵੈ ਕਿ ਦੇਖੋ, ਮੇਰੇ ਤੁਸੀਂ ਵਿਸ਼ਵਾਸ 'ਤੇ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਮੈਂ ਅੱਜ ਤੱਕ ਆਪਣਾ ਵੈਪਨ ਨਹੀਂ ਲਿਆ, ਕਿਉਂਕਿ ਮੈਨੂੰ ਪਤਾ ਕਿ ਮੇਰੀ ਪੰਜਾਬ ਪੁਲਿਸ ਮੇਰੇ ਨਾਲ ਹੈ, ਮੇਰੀ ਸੁਰੱਖਿਆ ਕਰ ਰਹੀ ਹੈ ਔਰ ਬੜੀ ਤਨਦੇਹੀ ਨਾਲ ਕਰੇਗੀ। ਲੇਕਿਨ ਜਿਹੜੇ ਕੁਛ ਹੈ ਲੋਕ ਜਿਹੜੇ ਵਿੱਚ ਜਿਹੜੇ ਭੇਜ ਕੇ ਪਿਛਲੇ ਦਿਨੋਂ, ਇੱਕ ਗੁਰਸੇਵਕ ਸਿੰਘ, ਖੁਸ਼ਵੰਤ ਸਿੰਘ, ਜਗਤਾਰ ਸਿੰਘ, ਹੋਰ ਐਸੇ ਕਾਫੀ 10-15 ਜਿਹੜੇ ਮੇਰੇ ਸੁਰੱਖਿਆ ਕਰਮੀ ਮੇਰੇ ਨਾਲ ਨਿਯੁਕਤ ਕੀਤੇ ਗਏ ਸੀਗੇ, ਉਹ ਵੱਡੇ ਚਿੱਟੇ ਦੇ ਨਸ਼ੇੜੀ ਸੀਗੇ, ਕਈ ਤਾਂ ਉਹ ਨਸ਼ਾ ਛੁਡਾਓ ਕੇਂਦਰ ਵਿੱਚ ਰਹਿ ਕੇ ਇੱਥੇ ਆਏ ਸੀਗੇ, ਔਰ ਇਹੋ ਜਿਹੇ ਲੋਕ ਮੇਰੇ ਨਾਲ ਲਗਾ ਦਿੱਤੇ ਸੀਗੇ। ਉਦੋਂ ਆ ਕੇ ਥੋੜ੍ਹੀ ਜਿਹੀ ਮਨ ਜਿਹੜਾ ਵਿਚਲਿਤ ਹੋ ਜਾਂਦਾ ਕਿ ਬਈ ਇਹ ਕਿਉਂ ਹੋ ਰਿਹਾ ਇਸ ਤਰ੍ਹਾਂ ਕਰਕੇ। ਅਦਰਵਾਈਜ਼ ਮੈਨੂੰ ਇੰਨਾ ਕੁ ਵਿਸ਼ਵਾਸ ਹੈ ਕਿ ਮੈਨੂੰ ਪਤਾ ਹੈ ਕਿ ਮੈਨੂੰ ਵੈਪਨ ਲੈਣ ਦੀ ਲੋੜ ਨਹੀਂ ਹੈ, ਪੰਜਾਬ ਪੁਲਿਸ ਮੇਰੇ ਨਾਲ ਹੈ ਔਰ ਮੇਰਾ ਸਾਥ ਕਰ ਰਹੀ ਹੈ। ਲੇਕਿਨ ਫਿਰ ਵੀ ਮੈਂ ਕਹਾਂਗਾ ਕਿ ਪਿਛਲੇ ਦਿਨ ਚੰਡੀਗੜ੍ਹ ਵਿੱਚ ਜੋ ਬੰਬ ਧਮਾਕਾ ਹੋਇਆ, ਉਹਦੇ ਤਾਰ ਜਿਹੜੇ 1986 ਤੱਕ ਜੁੜੇ ਹੋਏ ਨੇ ਕਿ ਉਦੋਂ ਕਿਸੇ SP ਨੇ ਕਿਸੇ ਆਤੰਕਵਾਦੀਆਂ ਨੂੰ ਮਾਰਿਆ ਸੀਗਾ, ਬੱਬਰ ਖਾਲਸਾ ਨੇ ਇਸ ਦੀ ਜ਼ਿੰਮੇਦਾਰੀ ਲਈ ਹੈ, ਔਰ ਉਹਨਾਂ ਨੇ ਕਿਹਾ ਕਿ ਉਸ ਵੇਲੇ ਜਿਹੜਾ ਹਮਲਾ ਹੋਇਆ ਸੀ ਇਹ ਉਹਦੀ ਯਾਦ ਦੇ ਵਿੱਚ ਜਿਹੜਾ ਵਾ ਬੰਬ ਚਲਾਇਆ ਗਿਆ। ਤੋ ਦੈਟ ਮੀਨਸ ਕਿਤੇ ਨਾ ਕਿਤੇ ਦੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਵਾਸਤੇ ਟੈਕਨੀਕਸ ਚੱਲ ਰਹੀਆਂ, ਉਹਨੂੰ ਰੋਕਣ ਵਾਸਤੇ ਸਾਨੂੰ ਕੁਛ ਨਾ ਕੁਛ ਐਫਰਟ ਕਰਨੇ ਪਏ, ਉਹ ਜਨਤਾ ਨੂੰ ਵੀ ਪੁਲਿਸ ਦਾ ਸਹਿਯੋਗ ਕਰਨਾ ਪਵੇਗਾ।
ਸਰ ਗੱਲ ਕਰੀਏ ਤੇ ਨਸ਼ਾ, ਪੰਜਾਬ ਵਿੱਚ ਨਸ਼ਾ ਬਹੁਤ ਵੱਧ ਚੁੱਕਿਆ ਹੈ, ਤੇ ਕੀ ਕਹਿਣਾ ਚਾਹੋਗੇ, ਨਸ਼ਾ ਕਿੱਦਾਂ ਖਤਮ ਕੀਤਾ ਜਾ ਸਕਦਾ? ਨਸ਼ਾ ਖਤਮ ਕਰਨਾ ਚਾਹੋ, ਇਹਦੇ ਵਿੱਚ ਮੈਂ ਦੇਖੋ ਬੁਰਾ ਮੰਨਣ ਵਾਲੀ ਕੋਈ ਗੱਲ ਨਹੀਂ ਹੈ, ਇਹਦੇ ਵਿੱਚ ਪੰਜਾਬ ਪੁਲਿਸ ਔਰ ਮੈਂ ਪ੍ਰਸ਼ਾਸਨ, ਮੈਂ ਦੋਨਾਂ ਨੂੰ ਕਸੂਰਵਾਰ ਕਹਾਂਗਾ। ਕਾਰਨ ਕੀ ਹੈ ਕਿ ਘਰ ਘਰ 'ਚ ਨਸ਼ਾ ਵਿਕ ਰਿਹਾ, ਮੁਹੱਲੇ ਮੁਹੱਲੇ 'ਚ ਨਸ਼ਾ ਵਿਕ ਰਿਹਾ, ਸਾਡੇ ਗੁਰਦਾਸਪੁਰ ਦੇ ਨੰਗਲ ਕੋਟਲੀ ਹੋ ਗਿਆ, ਇਸਲਾਮਾਬਾਦ 'ਤੇ ਗੜ੍ਹ ਬਣਿਆ ਹੋਇਆ, ਇਹ ਜਿਹੜਾ ਤੁਹਾਡਾ ਇਹ ਜਿਹੜਾ ਹੈਗਾ ਵਾ ਜੋੜਾ ਛਤਰਾ, ਇਹਦੇ ਵਿੱਚ ਤਾਂ ਕਹਿੰਦੇ ਕਿ ਉੱਥੇ ਘਰ ਘਰ ਦੇ ਵਿੱਚ ਜਿਹੜਾ ਉਹ ਛੰਨੀ ਬੇਲੀ ਬੜਾ ਪਾਪੂਲਰ ਹੈ, ਜਿਹਦੇ ਘਰ ਘਰ 'ਚ ਨਸ਼ਾ ਵੇਚਿਆ ਜਾਂਦਾ, ਸੇਮ ਐਜ਼ ਇਟ ਇਜ਼ ਜੋੜਾ ਛਤਰਾਂ ਦੇ ਵਿੱਚ ਵੀ ਜਿਹੜਾ ਵਾ ਉਹ ਨਸ਼ਾ ਵੇਚਿਆ ਜਾ ਰਿਹਾ ਪਿਆ, ਅਤੇ ਨਸ਼ਾ ਤਾਂ ਘਰ ਘਰ ਵਿੱਚ ਹੈਗਾ। ਇਹ ਮੈਂ ਤੁਹਾਨੂੰ ਇੱਕ ਵਾਰੀ ਹੁਣ ਕੀ ਦੱਸਾਂ, ਮੈਂ ਤੁਹਾਨੂੰ ਇੱਕ ਵਾਰੀ ਮੈਂ ਆਪਣੇ ਬੜਾ ਇਮੋਸ਼ਨਲ ਹੋ ਗਿਆ ਕਿ ਮੈਂ ਕੁਝ ਵੀਡੀਓਜ਼ ਦੇਖੇ ਜਿਹੜੇ ਜਵਾਨ ਮੁੰਡੇ ਜਿਹੜੇ ਆ ਉਹ ਮਰੇ ਆ, ਔਰ ਉਹਨਾਂ ਦੀ ਲਾਗੇ ਮਾਵਾਂ ਜਿਹੜੀਆਂ ਰੋ ਰਹੀਆਂ, ਮੈਂ ਬਹੁਤ ਇਮੋਸ਼ਨਲ ਹੋ ਗਿਆ, ਔਰ ਮੈਂ ਇੱਕ ਪ੍ਰਣ ਕਰ ਲਿਆ ਕਿ ਮੈਂ ਇਹ ਨਸ਼ਾ ਖਤਮ ਕਰਨ ਵਾਸਤੇ ਜੋ ਐਫਰਟ ਕਰ ਸਕਦਾ ਉਹ ਕਰਾਂਗਾ। ਅਤੇ ਮੈਂ ਆਪਣੇ ਤੌਰ ਦੇ ਉੱਪਰ ਹੀ ਮੈਂ ਸਰਵੇ ਕੀਤਾ, ਮੈਂ ਆਪਣੇ ਸਾਥੀਆਂ ਦੇ ਨਾਲ ਆਪਾਂ ਪਿੰਡਾਂ ਪਿੰਡਾਂ ਦੇ ਵਿੱਚ ਸਰਵੇ ਕੀਤਾ ਕਿ ਕੌਣ ਕਿੱਥੇ ਨਸ਼ੇੜੀ ਕਿੱਥੇ, 70 ਬੰਦਿਆਂ ਦੀ ਲਿਸਟ ਬਣਾ ਕੇ ਪੁਲਿਸ ਨੂੰ ਦਿੱਤੀ ਸੀਗੀ, ਔਰ ਬਿਲੀਵ ਆ ਤੁਸੀਂ ਕਰੋ ਬਿਲੀਵ ਨਹੀਂ ਕਰੋਗੇ ਸੋਰੀ, ਕਿ ਉਹਦੇ ਵਿੱਚੋਂ ਲਗਭਗ ਅੱਧੇ ਬੰਦੇ ਜਿਹੜੇ ਆ ਉਹ ਦੇਸ਼ ਛੱਡ ਕੇ ਦੌੜ ਗਏ ਸੀ, ਕਿਉਂਕਿ ਪੁਲਿਸ ਨੇ ਪਹਿਲਾਂ ਹੀ ਉਹਨਾਂ ਨੂੰ ਅਗਾਹ ਕਰ ਦਿੱਤਾ ਸੀਗਾ ਕਿ ਤੁਹਾਡੇ ਦੇ ਉੱਪਰ ਜਿਹੜਾ ਵਾ ਸਖਤੀ ਕੀਤੀ ਜਾ ਸਕਦੀ ਹੈ। ਔਰ ਸਾਡੇ ਦੇਸ਼ 'ਚੋਂ ਕੋਈ ਦੁਬਈ ਦੌੜ ਗਿਆ, ਕੋਈ ਅਮੈਰੀਕਾ ਦੌੜ ਗਿਆ, ਸਾਡੇ ਇੱਧਰ ਗੁਨੋਪੁਰ ਦਾ ਮੁੰਡਾ ਸੀਗਾ, ਉਹ ਤਾਂ ਸਰਿਆਮ ਉਹਨੇ ਬੜੇ ਲੋਕਾਂ ਦੀ ਜ਼ਿੰਦਗੀ ਬਰਬਾਦ ਕੀਤੀ ਸੀਗੀ, ਉਹਨੂੰ ਵੀ ਜਦੋਂ ਟਾਈਟ ਕੀਤਾ ਗਿਆ ਤਾਂ ਉਹ ਵੀ ਉੱਥੋਂ ਦੌੜ ਕੇ ਅਮੈਰੀਕਾ, ਜੋ ਡੂੰਗੀ ਡੂੰਗੀ ਕੀ ਲਗਾਉਂਦੇ ਆ ਡੰਕੀ ਵਗੈਰਾ ਲਗਾਉਂਦੇ ਆ, ਉੱਥੋਂ ਨਿਕਲ ਗਿਆ ਉੱਥੋਂ। ਦੈਟ ਮੀਨਸ ਕੀ ਹੈ ਕਿ ਐਸੇ ਲੋਕ ਜੋ ਹੈ ਪੁਲਿਸ ਵਿੱਚ ਬੈਠੇ ਹੋਏ ਨੇ ਜਿਹੜੇ ਪਹਿਲਾਂ ਇਨਫੋਰਮੇਸ਼ਨ ਦੇ ਦਿੰਦੇ ਆ। ਹੁਣ ਥੋੜ੍ਹੇ ਦਿਨ ਪਹਿਲਾਂ ਮੈਨੂੰ ਇੱਕ, ਮੈਂ ਜਦੋਂ ਮੁਹਿੰਮ ਸ਼ੁਰੂ ਕੀਤੀ, ਮੈਂ ਜਦੋਂ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨੂੰ ਕਿਹਾ ਕਿ ਬਈ ਮੈਨੂੰ ਦੱਸੋ ਕਿ ਕਿੱਥੇ ਨਸ਼ਾ ਵਿਕ ਰਿਹਾ, ਜੇ ਤੁਹਾਨੂੰ ਲੱਗਦਾ ਡਰ ਲੱਗਦਾ ਕਿ ਪੁਲਿਸ ਨੂੰ ਦੱਸਾਂਗੇ ਤਾਂ ਕੋਈ ਤੁਹਾਡਾ ਨਾਮ ਲੀਕ ਹੋ ਜਾਏਗਾ, ਤਾਂ ਮੈਂ ਆਪਣੇ ਭੋਲੇਨਾਥ ਦੀ ਕਸਮ ਖਾ ਕੇ ਕਹਿੰਦਾ ਮੈਂ ਕਿਸੇ ਦਾ ਨਾਮ ਨਹੀਂ ਲੀਕ ਹੋਣ ਦੇਵਾਂਗਾ, ਲੇਕਿਨ ਮੈਂ ਇਸ ਵਾਸਤੇ ਜ਼ਰੂਰ ਕੁਛ ਨਾ ਕੁਛ ਕਰਾਂਗਾ। ਨੰਗਲ ਕੋਟਲੀ ਮੁਹੱਲੇ ਮੈਨੂੰ ਕਾਫੀ ਕਾਲਜ ਆਏ ਕਿ ਸਾਡੇ ਇੱਥੇ ਦੋ ਭਰਾ ਨੇ ਜਿਹੜੇ ਸਰਿਆਮ ਉਹ ਨਸ਼ਾ ਵੇਚਦੇ ਨੇ, ਔਰ ਪੁਲਿਸ ਵਾਲੇ ਉਹਨਾਂ ਦੇ ਘਰ ਵੀ ਜਾਂਦੇ ਆ, ਮਤਲਬ ਉਹਨਾਂ ਨਾਲ ਕੋਈ ਤਾਲਮੇਲ ਵੀ ਹੈਗਾ। ਮੈਂ ਉਸ ਚੀਜ਼ ਦੀ ਥੋੜ੍ਹਾ ਜਿਹਾ ਕਿਹਾ, ਮੈਂ SSP ਸਾਹਿਬ ਨੂੰ ਕਿਹਾ, SSP ਸਾਹਿਬ ਦੇਖੋ ਬੜੇ ਅੱਛੇ ਇਨਸਾਨ ਨੇ ਸਾਡੇ ਗੁਰਦਾਸਪੁਰ ਦੀ, ਸਾਡੀ ਗੁੜ ਲੱਗ ਕੇ ਕਿਹੋ ਜਿਹੇ SSP ਸਾਡੇ ਇੱਥੇ ਡਿਊਟੀ ਕਰ ਰਹੇ ਨੇ, ਉਹਨਾਂ ਨੇ ਇਮੀਡੀਏਟਲੀ ਵੈਰੀ ਨੈਕਸਟ ਡੇ ਇੱਕ ਟੀਮ ਤਿਆਰ ਕੀਤੀ 8-9 ਲੋਕਾਂ ਦੀ ਕਿ ਤੁਸੀਂ ਜਾ ਕੇ ਉੱਥੇ ਜਾ ਕੇ, ਮੈਂ ਨਾਮ ਨਹੀਂ ਦੱਸਿਆ ਕਿ ਕਿਹੜੇ ਦੋ ਭਰਾ ਨੇ, ਅਤੇ ਜਦੋਂ ਪੁਲਿਸ ਨੂੰ ਮੈਂ ਇਹ ਜਦੋਂ ਪੁਲਿਸ ਨੇ ਆਪਣੇ ਲੈਵਲ 'ਤੇ ਜਦੋਂ ਪਤਾ ਕੀਤਾ, ਦੇਖੋ ਉਹਨਾਂ ਨੂੰ ਪਤਾ ਸੀਗਾ ਕਿ ਉਹ ਵੇਚਦੇ ਪਏ, ਠੀਕ ਹੈ। ਅਗਲੇ ਦਿਨ ਹੀ ਸਵੇਰੇ 8 ਵਜੇ ਉਹਨਾਂ ਦੇ ਘਰ ਪੁਲਿਸ ਚਲੀ ਜਾਂਦੀ ਹੈ, ਲੇਕਿਨ 8 ਵਜੇ 'ਚ ਸਿਰਫ 5 ਮਿੰਟ ਪਹਿਲਾਂ ਉਹਨੂੰ ਨਾਲ ਹੀ ਫੋਨ ਆ ਜਾਂਦਾ ਕਿ ਤੁਹਾਡੇ ਘਰ ਪਰੇਡ ਹੋ ਰਹੀ ਹੈ, ਤੁਸੀਂ ਇੱਥੋਂ ਨਿਕਲ ਜਾਓ, ਔਰ ਪੂਰੇ 8 ਵਜੇ 'ਚ 1 ਮਿੰਟ ਪਹਿਲਾਂ ਆਪਣੇ ਘਰ 'ਚੋਂ ਦੌੜ ਜਾਂਦੇ ਨੇ। ਪੁਲਿਸ ਉਹ ਖਾਲੀ ਹੱਥ ਰਹਿ ਜਾਂਦੀ ਹੈ, ਇਹ ਮੁਹੱਲੇ ਵਾਲਿਆਂ ਦੇ ਸਾਹਮਣੇ ਸਭ ਕੁਝ ਹੋਇਆ, ਠੀਕ ਹੈ। ਔਰ ਇੱਥੇ ਕਿੱਸਾ ਨਾ ਅਸੀਂ ਕਹੀਏ ਕਿ ਪੁਲਿਸ ਦੇ ਵਿੱਚ ਹੀ ਜਿਹੜੇ, ਔਰ ਮੈਂ ਇੱਕ ਹੋਰ ਦੱਸਦਾ ਤੁਹਾਨੂੰ ਗੱਲ, ਜਿਹੜੇ ਹਾਇਰ ਆਫਿਸ ਵੱਡੇ ਆਫਿਸਰ ਨੇ ਉਹ ਤਾਂ ਬੜੇ ਬਹੁਤ ਸੀਰੀਅਸਲੀ ਇਸ ਕ੍ਰਾਈਮ ਨੂੰ ਖਤਮ ਕਰਨਾ ਚਾਹੁੰਦੇ ਨੇ, ਇਸ ਬੁਰਾਈ ਨੂੰ ਖਤਮ ਕਰਨਾ ਚਾਹੁੰਦੇ ਨੇ, ਲੇਕਿਨ ਮੈਂ ਅੱਜ ਵੀ ਕਹਿੰਦਾ ਜਿਹੜੇ ਲੰਬੇ ਲੰਬੇ ਸਮੇਂ ਤੋਂ ਇੱਕੋ ਥਾਣਿਆਂ ਦੇ ਵਿੱਚ ਡਿਊਟੀਆਂ ਕਰ ਰਹੇ ਨੇ, ਜਿਹੜੇ ਛੋਟੇ ਅਧਿਕਾਰੀ ਨੇ ਜੋ ਬਿਲਕੁਲ ਟੋਟਲੀ ਕਰਪਟ ਨੇ, ਮੈਂ ਇੱਕ ਨਹੀਂ ਕਹਿੰਦਾ ਪਿਆ, ਮੈਂ ਟੋਟਲੀ ਇੰਟਾਇਰ ਟੀਮ ਨੂੰ ਕਹਿ ਰਿਹਾ, ਉਹ ਸਾਰੇ ਸਾਰੇ ਕਰਪਟ ਨੇ, ਔਰ ਸਾਰਿਆਂ ਦੇ ਹੱਥ ਰਲੇ ਪਏ ਨੇ, ਉਹਨਾਂ ਨੂੰ ਇੱਕ ਇੱਕ ਚੀਜ਼ ਦਾ ਪਤਾ, ਕਿਹਦੇ ਕੋਲ ਇਲੀਗਲ ਵੈਪਨ ਹੈ, ਕੌਣ ਨਸ਼ਾ ਵੇਚ ਰਿਹਾ, ਕਿਹੜਾ ਸਰਪੰਚ ਨਾਲ ਰਲ ਕੇ ਨਸ਼ੇ ਵਿਕਵਾ ਰਿਹਾ, ਜਿਹੜੇ ਕਿਹੜੇ ਪਿੰਡਾਂ ਦੇ ਵਿੱਚ ਨਸ਼ਾ ਕਿਹੜੇ ਕਿਹੜੇ ਵਿਅਕਤੀ ਵੇਚ ਰਹੇ ਨੇ, ਇਹ ਸਭ ਕੁਝ ਉਹਨਾਂ ਨੂੰ ਪਤਾ ਹੈ। ਸਿਰਫ ਉਹ ਕੀ ਹੈ ਕਿ ਉਹ ਕਾਫੀ ਕਾਫੀ ਸਾਲਾਂ ਤੋਂ ਇੱਕੋ ਹੀ ਜਗ੍ਹਾ 'ਤੇ ਲੱਗੇ ਹੋਏ ਨੇ, ਇਸ ਲਈ ਮੈਂ ਅੱਗੇ ਵੀ ਇੱਕ ਰਾਏ ਦਿੱਤੀ ਸੀ ਇਹੀ ਗੱਲ, ਇਹ ਨੈਕਸਸ ਤੁਹਾਨੂੰ ਤੋੜਨਾ ਪਵੇਗਾ, ਇਹ ਜਿਹੜੇ ਕਾਫੀ ਕਾਫੀ ਸਾਲਾਂ 'ਤੇ ਇੱਕੋ ਜਗ੍ਹਾ 'ਤੇ ਡਿਊਟੀਆਂ ਕਰ ਰਹੇ ਨੇ ਨਾ, ਇਹਨਾਂ ਨੂੰ ਚੱਕ ਕੇ ਦੂਰ ਹੋਰ ਜ਼ਿਲ੍ਹਿਆਂ ਦੇ ਵਿੱਚ ਭੇਜਣਾ ਪਵੇਗਾ, ਉੱਥੋਂ ਦੇ ਲੋਕਾਂ ਨੂੰ ਇੱਥੇ ਬੁਲਾਉਣਾ ਪਵੇਗਾ, ਤਾਂ ਕਿ ਇਹਨਾਂ ਦੀ ਜਿਹੜੀ ਉਹ ਕਨੈਕਟੀਵਿਟੀ ਹੈ ਉਹ ਖਤਮ ਹੋਵੇ, ਫਿਰ ਉਸ ਤੋਂ ਬਾਅਦ ਜੇ ਯਾਰ ਤੁਹਾਡੇ ਕੁਝ ਪੋਜ਼ਿਟਿਵ ਰਿਜ਼ਲਟਸ ਆ ਸਕਦੇ ਆ, ਅਦਰਵਾਈਜ਼ ਇੱਦਾਂ ਹੀ ਚੱਲਦਾ ਰਹਿਣਾ। ਤੁਸੀਂ ਕਹਿ ਰਹੇ ਸੀ ਕਿ ਨਸ਼ਾ ਖਤਮ ਹੋਏਗਾ,
ਤੇ ਮੈਂ ਕਹਿੰਦਾ ਕਿ ਜਿੰਨੇ ਤੱਕ ਇਹ ਚੀਜ਼ ਚੱਲਦੀ ਰਹੇਗੀ ਤੇ ਕਦੀ ਨਸ਼ਾ ਨਹੀਂ ਖਤਮ ਹੋਏਗਾ। ਨਸ਼ਾ ਇੱਕੋ ਤਰੀਕੇ ਨਾਲ ਹੋ ਸਕਦਾ ਕਿ ਇਹਨਾਂ ਦੀ ਪੁਲਿਸ ਦੇ ਵਿੱਚ ਜੋ ਛੋਟੇ ਅਧਿਕਾਰੀ ਨੇ, ਮੈਂ ਕਹਿ ਸਕਦਾ ਕਿ ਜਿਹੜੇ ਥਾਣਿਆਂ ਦੇ ਵਿੱਚ ਲੱਗੇ ਨੇ, ਜਿਹੜੇ ਮਤਲਬ ਕਿ ਲੋਅਰ ਲੈਵਲ ਦੇ ਜਿਹੜੇ ਅਧਿਕਾਰੀ ਨੇ, ਉਹ ਦੇਖੋ ਉਹਨਾਂ ਦਾ ਕੰਮ ਹੀ ਇਹੀ ਹੈ ਕਿ ਉਹਨਾਂ ਨੇ ਜਾ ਕੇ ਦਾਣਾ ਪਾਣੀ ਆਪਣਾ ਬਣਾਉਣਾ ਹੁੰਦਾ, ਉਹ ਉਹਨਾਂ ਨੂੰ ਜਾ ਕੇ ਜਦੋਂ ਕਿਸੇ ਨੂੰ ਦੱਸ ਦਿੰਦੇ ਨੇ ਤਾਂ ਉਹਨਾਂ ਕੋਲ ਉਹਨਾਂ ਨੂੰ ਨਵਾਂ ਮਿਲ ਜਾਂਦਾ, ਅਤੇ ਬਸ ਉਸ ਕਾਰਨ ਜਿਹੜਾ ਉਹ ਵੱਡੇ ਆਫਿਸਰ ਕੁਛ ਕਰ ਨਹੀਂ ਪਾਉਂਦੇ। ਦੇਖੋ ਉਹ ਡਿਪੈਂਡੈਂਟ ਹੁੰਦੇ, ਉਹ ਆਪਣੀ ਪਲੈਨਿੰਗ ਕਰ ਸਕਦੇ ਨੇ, ਕੁਛ ਆਰਡਰਸ ਕਰ ਸਕਦੇ ਨੇ, ਲੇਕਿਨ ਇੰਪਲੀਮੈਂਟ ਹੈ ਛੋਟੇ ਅਧਿਕਾਰੀ ਨਹੀਂ ਕਰਦਾ। ਲੇਕਿਨ ਛੋਟਾ ਅਧਿਕਾਰੀ, ਉਹਨਾਂ ਗੀਤਾ ਭਾਵ ਰੋਡ ਤੋਂ ਪਿਛਲੇ ਦਿਨੀ ਇੱਕ ਬੰਦਾ ਫੜਿਆ ਸੀਗਾ, ਸਰੇਆਮ ਸਾਰਿਆਂ ਸਾਹਮਣੇ ਫੜਿਆ ਸੀਗਾ, ਠੀਕ ਹੈ, ਥਾਣੇ ਵਿੱਚ ਲੈ ਕੇ ਜਾਇਆ ਗਿਆ, ਹਾਰਡਲੀ ਅੱਧੇ ਘੰਟੇ ਵਿੱਚ ਉਹਨੂੰ ਛੱਡ ਦਿੱਤਾ ਗਿਆ। ਰੌਲਾ ਪਿਆ ਕਿ 70,000 ਰੁਪਇਆ ਲੱਗਿਆ, ਪਤਾ ਨਹੀਂ ਲੱਗਿਆ ਕਿ ਨਹੀਂ ਲੱਗਿਆ, ਮੈਂ ਨਹੀਂ ਕਹਿੰਦਾ, ਬਟ ਰੌਲਾ ਇਸ ਚੀਜ਼ ਦਾ ਪਿਆ, ਠੀਕ ਹੈ ਨਾ। ਤੋ ਸੋ ਮੈਨੀ ਐਸੇ ਕੇਸਿਸ ਜਿਹੜੇ ਹੈਗੇ ਨੇ ਜਿਹੜੇ ਉਹ ਦੇਖਣ ਨੂੰ ਮਿਲਦੇ ਨੇ, ਬਟ ਇਹ ਖਤਮ ਕਿੱਦਾਂ ਹੋਏਗਾ ਇਹ ਤੁਸੀਂ ਦੇਖੋ, ਜਾਂ ਪ੍ਰਸ਼ਾਸਨ ਦੇ ਕੇ ਜਾਂ ਹਾਇਰ ਆਫਿਸਰ ਦੇ ਕੇ। ਗੱਲ ਕਰੀਏ ਤਾਂ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਏਗਾ। ਲੋਕੀ ਦੇ ਜਾਗਰੂਕ ਹੈਗੇ ਨੇ, ਲੋਕੀ ਦੁਖੀ ਨੇ ਬਹੁਤ ਜ਼ਿਆਦਾ, ਲੇਕਿਨ ਉਹਨਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਬਈ ਕਿਹਨੂੰ ਦੱਸੀਏ ਅਸੀਂ, ਠੀਕ ਹੈ। ਔਰ ਮੈਂ ਤੁਹਾਨੂੰ ਇਹ ਵੀ ਕਹਾਂਗਾ ਕਿ ਤੁਹਾਡੇ ਪੱਤਰਕਾਰ ਵੀ ਥੋੜ੍ਹੇ ਜਿਹੇ ਨਲਾਇਕ ਹੈਗੇ ਜੀ, ਜਿਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਉਹ ਆਵਾਜ਼ ਨਹੀਂ ਉਠਾਉਂਦੇ, ਉਹਨਾਂ ਨੂੰ ਪਤਾ ਹੋਵੇ ਕਿ ਕੌਣ ਕੀ ਕਰ ਰਿਹਾ ਵਾ, ਲੇਕਿਨ ਉਹ ਆਵਾਜ਼ ਦੇਖੋ ਇੱਕ ਵਾਰੀ ਬਹੁਤ ਜਦੋਂ ਪਹਿਲਾਂ ਇਨੀਸ਼ੀਅਲੀ ਅਸੀਂ ਜੋ ਸ਼ਿਵ ਸੈਨਾ ਜੁਆਇਨ ਕੀਤੀ ਸੀ ਉਦੋਂ ਪੱਤਰਕਾਰਿਤਾ ਜਿਹੜੀ ਹੈ ਉਹ ਸਭ ਤੋਂ ਵੱਡੀ ਤਾਕਤ ਸੀ, ਠੀਕ ਹੈ, ਔਰ ਉਹ ਸੱਚਾਈ ਦੇ ਆਧਾਰ 'ਤੇ ਚੱਲਦੀ ਹੈ। ਸਾਡੇ ਅੱਜ ਵੀ ਮੈਂ ਕਹਾਂਗਾ ਗੁਰਦਾਸਪੁਰ ਦੇ ਕਈ ਵਿਨੋਦ ਗੁਪਤਾ ਜੀ ਪ੍ਰੈਸ ਰਿਪੋਰਟਰ ਹੈਗੇ ਨੇ, ਸਾਡੇ ਪੁਰਾਣੇ ਕਾਫੀ ਇੱਥੋਂ ਸੁਨੀਲ ਜੀ ਹੈਗੇ ਨੇ, ਕਾਫੀ ਅੱਛੇ ਅੱਛੇ ਪ੍ਰੈਸ ਰਿਪੋਰਟਰ ਹੈਗੇ ਨੇ ਜਿਹੜੇ ਬੜੀ ਇਮਾਨਦਾਰੀ ਦੇ ਨਾਲ, ਜਿਹੜੇ ਪੁਰਾਣੇ ਆਲਮ ਜੀ ਹੁੰਦੇ ਸੀ, ਬਾਲਮ ਜੀ ਹੁੰਦੇ ਸੀਗੇ, ਉਹ ਅੱਛੇ ਅੱਛੇ ਕੰਮ ਕਰਦੇ ਸੀਗੇ, ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਪੱਤਰਕਾਰਿਤਾ ਨੂੰ ਨਿਭਾਇਆ ਇੱਥੇ। ਲੇਕਿਨ ਅੱਜ ਦੀ ਡੇਟ 'ਚ ਮੈਂ ਕਹੂੰਗਾ ਕੁਛ, ਮੈਂ ਸਾਰੇ ਨਹੀਂ ਕਹਿ ਰਿਹਾ, ਕੁਛ ਲਿਮਿਟਿਡ ਜਿਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਸਟੈਂਡ ਨਹੀਂ ਲਾ ਪਾਉਂਦੇ, ਉਹ ਪਤਾ ਨਹੀਂ ਉਹਨਾਂ ਨੂੰ ਡਰ ਲੱਗਦਾ ਜਾਂ ਕੀ ਹੈ, ਮੈਨੂੰ ਨਹੀਂ ਪਤਾ ਇਸ ਚੀਜ਼ ਦਾ, ਬਟ ਐਟਲੀਸਟ ਅਗਰ ਪੱਤਰਕਾਰ ਅਗਰ ਇਸ ਚੀਜ਼ ਦੀ ਆਵਾਜ਼ ਉਠਾਉਣਾ ਸ਼ੁਰੂ ਕਰ ਦੇਣ, ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਕਿ ਹਰ ਜਿਹੜਾ ਸਿਸਟਮ ਹੈ ਉਹ ਸਾਰਾ ਸਾਰਾ ਹਿੱਲ ਜਾਏਗਾ ਔਰ ਆਪਣੀ ਜਗ੍ਹਾ 'ਤੇ ਪੂਰਾ ਸੈੱਟ ਹੋ ਕੇ ਡਿਊਟੀ ਕਰੇਗਾ। ਸਰ ਇੱਕ ਆਖਰੀ ਸਵਾਲ, ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਦਿਨੋ ਦਿਨ ਬਾਹਰ ਜਾ ਰਹੀ ਹੈ, ਬਾਹਰਲੇ ਮੁਲਕਾਂ ਵੱਲ ਜਾ ਰਹੀ ਹੈ, ਉਹ ਕੀ ਕਾਰਨ ਹੈਗਾ? ਅਤੇ ਕੀ ਕਰਨ ਸਰ, ਇੱਥੇ ਤਾਂ ਨਸ਼ਾ ਕਰਕੇ ਉਹ ਦੇਖੋ, ਤੁਹਾਨੂੰ ਮੈਂ ਦੱਸੀ ਨਾ ਕਿ ਜਦੋਂ ਵੀਡੀਓਜ਼ ਮੈਂ ਦੇਖੇ ਸੀਗੇ ਅਤੇ ਮੇਰਾ ਕਿੰਨਾ ਮਨ ਵਿਚਲਿਤ ਹੋਇਆ, ਕਿੰਨਾ ਮੈਂ ਇਮੋਸ਼ਨਲ ਹੋ ਗਿਆ, ਮੈਂ ਸੱਚੀ ਮੈਂ ਰੋਇਆ ਸੀਗਾ ਉਸ ਚੀਜ਼ ਨੂੰ ਦੇਖ ਕੇ ਕਿ ਮਾਵਾਂ ਲਾਗੇ ਬੈਠੀਆਂ ਵਾ ਜਵਾਨ ਮੁੰਡੇ, ਕੋਈ ਜੇ ਉਹ ਪਾਣੀ ਪੀ ਰਿਹਾ ਟੈਪ ਦੇ ਉੱਪਰ ਤਾਂ ਉੱਥੇ ਦੇ ਉੱਥੇ ਐਕਸਪਾਇਰ ਹੋ ਗਿਆ। ਆ ਪਿਛਲੇ ਦਿਨ ਤੁਸੀਂ ਅਵਾਂਖਾ ਜੀ ਦੇਖਿਆਗਾ, 3 ਮੁੰਡਿਆਂ 'ਚ ਉਹ ਸਰਿੰਜਾਂ ਲੱਗੀਆਂ ਰਹਿ ਗਈਆਂ ਸੀਗੀਆਂ, ਠੀਕ ਹੈ ਨਾ। ਹੁਣ ਇਹ ਥੋੜ੍ਹੇ ਦਿਨ ਪਹਿਲਾਂ ਮੈਂ ਇੱਕ ਨਿਊਜ਼ ਦੇਖੀ ਹੈ ਕਿ ਇੱਕ ਮੁੰਡਾ ਪਹਿਲਾਂ ਮਰ ਗਿਆ ਸੀ ਨਸ਼ੇ ਦੇ ਨਾਲ, ਥੋੜ੍ਹੇ ਦਿਨ ਪਹਿਲਾਂ ਦੂਸਰਾ ਮੁੰਡਾ ਵੀ ਉਸੇ ਘਰ ਦਾ ਮਰ ਗਿਆ, ਠੀਕ ਹੈ ਨਾ। ਅਤੇ ਕੀ ਕਰਨਗੇ ਇੱਥੇ ਰੱਖ ਕੇ? ਮਾਂ ਪਿਓ ਤਾਂ ਇਹੀ ਕਹਿਣਗੇ ਨਾ ਕਿ ਜਾਓ ਭਰਾਓ ਤੁਸੀਂ ਆਪਣੀ ਜ਼ਿੰਦਗੀ ਜੀਓ, ਬੱਚਿਓ ਤੁਸੀਂ ਜਾ ਕੇ ਬਾਹਰ ਚਲੇ ਜਾਓ, ਬੇਸ਼ੱਕ ਅਸੀਂ ਇਹ ਦੁੱਖ ਸਹਿ ਲਾਂਗੇ, ਆਪਣੀ ਦੂਰੀ ਦਾ, ਆਪਣੀ ਵਿਛੋੜੇ ਦਾ ਸਹਿ ਲਾਂਗੇ, ਪਰ ਤੁਸੀਂ ਤਾਂ ਆਪਣੀ ਆਪਣੀ ਜ਼ਿੰਦਗੀ ਜੀ ਲਓਗੇ ਨਾ। ਦੇਖੋ ਮਾਂ ਪਿਓ ਤਾਂ ਇਹੀ ਚਾਹੁੰਦਾ ਨਾ ਹਮੇਸ਼ਾ, ਅਤੇ ਉਹ ਇਸੇ ਲਈ ਤਾਂ ਬਾਹਰ ਹੀ ਭੇਜੂਗਾ ਨਾ ਫਿਰ ਇੱਥੇ, ਕਿਉਂਕਿ ਇੱਥੇ ਹਾਲਾਤ ਹੀ ਇਹੋ ਜਿਹੇ। ਇਸ ਦਾ ਮਤਲਬ ਹੈ ਕਿ ਨਸ਼ੇ ਦੇ ਕਾਰਨ ਜਿਹੜੇ ਲੋਕ ਬਾਹਰ ਜਾ ਰਹੇ ਨੇ। ਬਿਲਕੁਲ ਜੀ, ਬਿਲਕੁਲ ਬਿਲਕੁਲ, ਨਸ਼ੇ ਔਰ ਆਤੰਕਵਾਦ ਦੋ ਹੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਪੰਜਾਬ ਦੇ ਜਿਹੜੇ ਜ਼ਿਆਦਾ ਨੌਜਵਾਨਾਂ ਨੂੰ ਇੰਸਪਾਇਰ ਕਰ ਰਹੀਆਂ ਬਾਹਰ ਜਾਣ ਵਾਸਤੇ। ਇਸ ਤਰ੍ਹਾਂ ਸਾਡੇ ਨਾਲ ਸ਼ਿਵ ਸੈਨਾ ਪ੍ਰਧਾਨ ਸੋਨੀ ਜੀ, ਉਹਨਾਂ ਨੇ ਕਾਫੀ ਕੁਛ ਦੱਸਿਆ ਕਿ ਸਮਾਜ ਵਿੱਚ ਜਿਹੜਾ ਨਸ਼ਾ ਕਿਵੇਂ ਖਤਮ ਕੀਤਾ ਜਾ ਸਕਦਾ, ਪੰਜਾਬ ਵਿੱਚੋਂ ਜਿਹੜਾ ਆਤੰਕਵਾਦ ਕਿਵੇਂ ਖਤਮ ਹੋ ਸਕਦਾ। ਮੈਂ ਤੁਹਾਡਾ ਆਪਣਾ ਸੰਜੀਵ ਬਾਵਾ, DPC ਪੰਜਾਬੀ ਦੇ।